ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕ ਵੀਰੋ, ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਨਿਊ ਟਰੈਕਟਰ ਹੋਲੈਂਡ। ਅਤੇ ਇਹ ਟਰੈਕਟਰ ਤੁਸੀਂ ਘੱਟ ਹੀ ਦੇਖਿਆ ਹੋਣਾ, ਕਿਉਂਕਿ ਸਾਡੇ ਵੀ ਇਹ ਇਲਾਕੇ ਜਗਰਾਉਂ ਦੇ ਵਿੱਚ ਪਹਿਲਾ ਟਰੈਕਟਰ ਆਇਆ ਵੀ ਰਾਜਵੀਰ ਹੋਣਾ ਨੇ ਜਾਣੀ ਸਿੱਧਮਕਲਾਂ ਤੋਂ ਲਿਆ ਇਹ ਟਰੈਕਟਰ 56B ਨਿਊ ਹੋਲੈਂਡ। ਇਹਦੇ ਵਿੱਚ ਜਾਣੀ ਕਈ ਖਾਸ ਚੀਜ਼ਾਂ ਨੇ ਜਿਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ। ਇੱਕ ਤਾਂ ਇਹਦੇ ਵਿੱਚ ਮੰਨ ਲਓ ਜਿਹੜੀ ਪਾਵਰ ਆ ਉਹ ਕਿਵੇਂ ਕਿਵੇਂ ਕੰਮ ਕਰਦੀ ਆ, 3 ਤਰੀਕਿਆਂ ਨਾਲ ਕੰਮ ਕਰਦੀ ਆ, ਅਤੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਤੁਸੀਂ ਪਹਿਲਾਂ ਲੁੱਕ ਦੇਖੋ ਇਹਦੀ, ਵੀ ਜਿਹੜੀ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਲੁੱਕ ਵਾਈਜ਼ ਕਿਵੇਂ ਤੁਹਾਨੂੰ ਲੱਗ ਰਿਹਾ। ਪੈਕ ਆ ਸਾਰਾ, ਅਲਟੀਨੇਟਰ ਕਵਰ ਵਗੈਰਾ ਆਹ ਚੀਜ਼ਾਂ ਸਾਰੀਆਂ, ਆਹ ਸਾਰਾ ਤਰੀਕੇ ਦੇ ਨਾਲ ਜਾਣੀ ਬੰਦ ਕੀਤਾ ਪਿਆ ਟਰੈਕਟਰ ਨੂੰ, ਜਿਵੇਂ ਅੱਜ ਕੱਲ੍ਹ ਦੀਆਂ ਗੱਡੀਆਂ ਵੀ ਆਉਂਦੀਆਂ ਨੇ, ਸੋ ਟਰੈਕਟਰ ਦੀ ਲੁੱਕ ਜਿਵੇਂ ਗੱਡੀਆਂ ਵਾਂਗੂ ਬਣਾਈ ਪਈ ਆ ਸਾਰੀ। ਸੋ ਇਹਦੇ ਜਿਹੜੀਆਂ ਆਪਾਂ ਸਟਿੱਕਰ ਨੇ ਇਹ ਨਿਊ ਹੋਲੈਂਡ ਨੇ ਚੇਂਜ ਕੀਤੇ ਨੇ ਸਾਰੇ, ਅਤੇ ਆਹ ਚੀਜ਼ ਅੱਜ ਤਾਂ ਜਾਲੀ ਥੱਲੇ ਫਰੰਟ 'ਤੇ ਆਮ ਆਉਂਦੀ ਹੁੰਦੀ ਸੀ, ਆਹ ਜਾਲੀ ਹੁਣ ਨਵੀਂ ਲਾਈ ਆ। ਸੋ ਕਾਫੀ ਚੀਜ਼ਾਂ ਚੇਂਜ ਕੀਤੀਆਂ ਨੇ। LED ਲਾਈਟ ਜਿਹੜੀ ਆ ਮਤਲਬ ਇੱਥੇ ਲੱਗਣੀ ਚਾਹੀਦੀ ਸੀ, ਉਹਦੀ ਥੋੜ੍ਹੀ ਜਿਹੀ ਘਾਟ ਲੱਗੀ ਆ ਸਾਨੂੰ, ਵੀ ਇਹਦੇ ਵਿੱਚ ਨੋਰਮਲ ਲਾਈਟ ਲਾਈ ਗਈ ਇਹਨਾਂ ਦੇ ਪਹਿਲਾਂ ਨਾਲੋਂ, ਅਤੇ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਲਾ ਸਕਦੇ ਸੀ, ਹੋਰ ਵਧੀਆ ਕਰ ਸਕਦੇ ਸੀ, ਅਤੇ ਜਿਹੜੀਆਂ ਊਂ ਇੰਜਣ ਵਾਜੋਂ ਆ ਉਹ ਸਾਰਾ ਕੰਮ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ। ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀ ਇਹਦੇ ਵਿੱਚ ਕੀ ਖਾਸ ਕੰਮ ਕੀਤਾ ਗਿਆ। ਇਹਦੇ ਜਿਹੜਾ ਇੰਜਣ ਦੀ ਪਾਵਰ ਆ ਉਹ ਤੁਹਾਨੂੰ ਮੈਂ ਕੋਲ ਜਾ ਕੇ ਦਿਖਾਉਂਦਾ ਵੀ 3 ਆਪਸ਼ਨਾਂ ਦੇ ਵਿੱਚ ਆਉਂਦੀ ਆ। ਇਹ ਟੋਟਲ ਉੱਦਾਂ ਆਉਂਦਾ ਟਰੈਕਟਰ 65 ਹੌਸ ਪਾਵਰ ਦੇ ਵਿੱਚ, ਅਤੇ ਜੇ ਆਪਾਂ ਮੰਨ ਲਓ 65 ਹੌਸ ਪਾਵਰ ਚਲਾਉਣਾ ਤਾਂ ਆਹ 42 ਮਤਲਬ ਸਵਿੱਚ ਕਰ ਦਿੱਤੀ ਜਾਂਦੀ ਆ, ਇਹ ਪਾਵਰ ਹੋ ਜਾਂਦਾ। ਅਤੇ ਜਦੋਂ ਆਪਾਂ ਈਕੋ 'ਤੇ ਕਰ ਦਿੰਦੇ ਹਾਂ ਤਾਂ ਇਹਦੇ ਨਾਲ ਇਹ 55 ਹੌਸ ਪਾਵਰ ਬਣ ਜਾਂਦਾ। ਅਤੇ ਜੇ ਆਪਾਂ ਇੱਦੂ ਵੀ ਹੋਰ ਵਧੀਆ ਕੰਮ ਜਾਣੀ ਘੱਟ ਕੰਮ ਜ਼ੋਰ ਵਾਲਾ ਲੈਣਾ ਹੋਵੇ ਤਾਂ ਈਕੋ ਪਲੱਸ ਆ, ਇਹਦੇ 'ਤੇ ਜਾ ਕੇ ਇਹ 45 ਹੌਸ ਪਾਵਰ 'ਤੇ ਕੰਮ ਕਰਦਾ। ਸੋ ਆਪਾਂ ਜਿਹੜਾ ਕੰਮ ਲੈਣਾ ਉਹਦੇ ਹਿਸਾਬ ਨਾਲ ਇਹਦੀ ਆਪਾਂ ਪਾਵਰ ਸੈੱਟ ਕਰ ਸਕਦੇ ਹਾਂ, ਅਤੇ ਉਹਦੇ ਹਿਸਾਬ ਨਾਲ ਆਪਾਂ ਜਾਣੀ ਫਜ਼ੂਲ ਖਰਚੀ ਤੇਲ ਦੀ ਉਹ ਬਚਾ ਸਕਦੇ ਹਾਂ। ਬਹੁਤ ਵਧੀਆ ਤਰੀਕਾ, ਬਟਨ ਦੇ ਨਾਲ ਹੀ ਸਾਰੀਆਂ ਸੈਟਿੰਗਾਂ ਹੁੰਦੀਆਂ ਨੇ, ਬਟਨ ਦੇ ਨਾਲ ਹੀ ਸਾਰਾ ਕੁਝ ਚੱਲਦਾ। ਸੋ ਦੂਜੀ ਗੱਲ ਦਿਖਾਈਏ ਤੁਹਾਨੂੰ ਮੀਟਰ। ਇਹ ਮੀਟਰ ਦੇਖਣ ਨੂੰ ਸਿੰਪਲ ਲੱਗਦਾ ਪਰ ਇਹਦੇ ਵਿੱਚ ਹੀ ਇੱਥੋਂ ਸਾਰੀ ਚੀਜ਼ ਸੈਟਿੰਗ ਹੁੰਦੀ ਆ। ਜਦੋਂ ਆਪਾਂ ਈਕੋ 'ਤੇ ਲਾਉਂਦੇ ਹਾਂ ਤਾਂ ਉਹ ਪਾਵਰ ਤੋਂ 28 ਤੋਂ 2500 ਚੱਕਰ 'ਤੇ ਆ ਜਾਂਦਾ, ਅਤੇ ਜਦੋਂ 45 ਹੌਸ ਪਾਵਰ ਲਾਉਂਦੇ ਹਾਂ ਤਾਂ ਉਹ 20 ਤੋਂ 2200 ਚੱਕਰ ਦੇ ਵਿੱਚ ਆ ਜਾਂਦਾ। ਉਸ ਹਿਸਾਬ ਨਾਲ ਆਪਾਂ ਇਹਦੇ 'ਤੇ ਸ਼ੋਅ ਕਰ ਸਕਦੇ ਹਾਂ ਜੀ। ਅਤੇ ਇਹ ਤੁਹਾਨੂੰ ਆਪਾਂ ਚਲਾ ਕੇ ਵੀ ਦਿਖਾਵਾਂਗੇ ਇਹਦੇ ਵਿੱਚ ਖਾਸ ਕੀ ਆ। ਕਰਾਰੋ ਦਾ ਗੇਅਰ ਆ, ਰਿਡਕਸ਼ਨਾਂ ਨੇ, ਅਤੇ ਉਹ ਚੀਜ਼ ਵੀ ਤੁਹਾਨੂੰ ਬੈਕ ਤੋਂ ਆਪਾਂ ਘੁੰਮ ਕੇ ਦਿਖਾਉਂਦੇ ਹਾਂ ਇਹਦੇ ਵਿੱਚ ਵੀ ਕੀ ਖਾਸ ਗੱਲਾਂ ਨੇ। ਇਹਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਜਿਹੜੇ ROPS ਦੀ ਛਤਰੀ ਜਿਹੜੀ ਨਿਊ ਹੋਲੈਂਡ ਲਈਓਂ ਬਹੁਤ ਵਧੀਆ ਫੀਚਰ ਦਿੱਤਾ ਜਾਂਦਾ। ROPS ਦੇ ਵਿੱਚ ਕੀ ਖਾਸ ਗੱਲ ਹੁੰਦੀ ਆ ਵੀ ਜੇ ਆਪਣਾ ਟਰੈਕਟਰ ਪਲਟ ਜਾਵੇ ਤਾਂ ਆਪਣਾ ਕਿਸੇ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੁੰਦਾ, ਤਾਂ ਇਹ ਪਾਈਪ ਇੰਨੀ ਕੁ ਮਜ਼ਬੂਤ ਲਾਈ ਜਾਂਦੀ ਆ ਵੀ ਜਿਹਦੇ ਵਿੱਚ ਟਰੈਕਟਰ ਪਲਟ ਕੇ ਇਹ ਉਹ ਹੋ ਜਾਂਦਾ ਵਾ, ਬਚ ਜਾਂਦਾ ਵਾ। ਸੋ ਇਹਦੇ ਵਿੱਚ ਆਹ ਚੀਜ਼ ਖਾਸ ਆ ਜਿਹੜੇ ਆਪਾਂ ਬ੍ਰੇਕਾਂ ਦੇ ਵਿੱਚ ਆਪਾਂ ਨੂੰ ਟਾਇਰਾਂ ਦੇ ਐਕਸਲਾਂ ਦੇ ਵਿੱਚ ਰਿਡਕਸ਼ਨਾਂ ਪਾਈਆਂ ਜਾਂਦੀਆਂ ਨੇ। ਚਲਾਉਣ ਵੇਲੇ ਥੋੜ੍ਹੀ ਜਿਹੀ ਆਵਾਜ਼ ਮਹਿਸੂਸ ਹੁੰਦੀ ਆ ਪਰ ਇਹਦੀ ਇੱਕ ਖਾਸ ਗੱਲ ਆ ਜਿਹੜੀ ਇਹਦੇ ਇਸੇ ਆਵਾਜ਼ ਦੇ ਕਰਕੇ ਹੀ ਜਿਹੜੀ ਇਹਦੇ ਵਿੱਚ ਇਹ ਰਿਡਕਸ਼ਨ ਪਾਈ ਗਈ ਆ, ਇਹਦੇ ਕਰਕੇ ਹੀ ਆਪਾਂ ਜਿਹੜਾ ਟਰੈਕਟਰ ਆ ਕਿਤੇ ਖੁੱਭਿਆ ਹੋਵੇ, ਟਰਾਲੀ ਕਿਤੇ ਨਹੀਂ ਨਿਕਲਦੀ ਹੋਵੇ ਤਾਂ ਇਹ ਜਿਹੜੇ ਟਰੈਕਟਰ ਨੇ ਉੱਥੇ ਇੰਨਾ ਜ਼ਿਆਦਾ ਜ਼ੋਰ ਮਾਰਦੇ ਨੇ ਕਿ ਮਤਲਬ ਤੁਸੀਂ ਆਪਣੇ ਆਪ ਇਹਨੂੰ ਦੇਖ ਸਕਦੇ ਹੋ ਜਦੋਂ ਵੀ ਕੋਈ ਵੱਡੀ ਟਰਾਲੀ ਆ ਨਿਊ ਹੋਲੈਂਡ ਹੀ ਖਿੱਚਦਾ। ਜ਼ਿਆਦਾਤਰ ਆਪਣੇ ਜਿਹੜੇ ਗੰਨੇ ਦਾ ਕੰਮ ਕਰਦੇ ਨੇ, ਮੈਂ ਬਹੁਤ ਮੁੰਡੇ ਦੇਖਦਾ ਵੀ ਉਹ ਨਿਊ ਹੋਲੈਂਡ ਨੂੰ ਪ੍ਰੈਫਰ ਕਰਦੇ ਨੇ, ਇਸੇ ਕਾਰਨ ਹੀ ਹੁੰਦਾ ਵੀ ਇਹਨਾਂ ਚੀਜ਼ਾਂ ਕਰਕੇ ਆਪਾਂ ਉਹ ਕਰਦੇ ਹਾਂ। ਸੋ ਆਹ ਦੇਖੋ ਲੈਫਟ ਦੇ ਵਿੱਚ ਆਹ ਜੈੱਕ ਦੇਖੋ ਵੀ ਇੱਥੇ ਜੈੱਕ ਲਾਇਆ ਗਿਆ ਇਹਦੇ ਨਾਲ ਵੀ ਜਿਹਦੇ ਨਾਲ ਪਾਵਰ ਐਕਸਟਰਾ ਮਤਲਬ ਆਪਾਂ ਲੋਡ ਜਿਹੜਾ ਵਾ ਜ਼ਿਆਦਾ ਚੱਕ ਸਕਦੇ ਹਾਂ। ਸੋ ਇੱਕ ਖਾਸ ਗੱਲ ਤੁਹਾਨੂੰ ਦਿਖਾਉਣੀ ਆ ਜਿਹੜੀ PTO ਆ। ਸੋ ਇਹਦੀ ਜਿਹੜੀ PTO ਆ ਉਹਦੀ ਪਾਵਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਜੇ 65 ਹੌਸ ਪਾਵਰ ਟਰੈਕਟਰ ਆ ਤਾਂ ਇਹਦੀ ਜਿਹੜੀ PTO ਦੀ ਪਾਵਰ ਆ ਉਹ 64 ਹੌਸ ਪਾਵਰ ਆ। ਇਹ ਬਕਾਇਦਾ ਮੈਂਸ਼ਨ ਵੀ ਕੀਤਾ ਗਿਆ ਸਾਰਾ ਇਹਦੇ ਉੱਤੇ ਜਾਣੀ ਇਹਨਾਂ ਨੇ ਜਿਹੜੀ ਪਲੇਟ ਲਾਈ ਆ। ਸੋ ਇਹਦਾ ਕਾਰਨ ਤੁਹਾਨੂੰ ਦੱਸਦਾ ਵੀ ਜਿਹੜੀ PTO ਦੀ ਪਾਵਰ ਆ ਉਹ ਜਾਣੀ ਘੱਟਦੀ ਨਹੀਂ ਗੀ ਗੇਅਰਾਂ ਦੇ ਵਿੱਚ,
ਤੇ ਆਮ ਕਰਕੇ ਟਰੈਕਟਰਾਂ ਦੀ ਪੀਟੀਓ ਦੀ ਪਾਵਰ ਘੱਟ ਜਾਂਦੀ ਹੁੰਦੀ ਹੈ ਜਦੋਂ ਆਪਾਂ ਵਿੱਚ ਗਰਾਰੀਆਂ ਘੁੰਮਦੀਆਂ ਤਾਂ ਉਹਦੇ ਵਿੱਚ ਜਦੋਂ ਪਿੱਛੇ ਜਾ ਕੇ ਲਾਸਟ 'ਤੇ ਆਪਾਂ ਨੂੰ ਪੀਟੀਓ ਪਾਵਰ ਮਿਲਦੀ ਆ ਤਾਂ ਉਹ ਆਮ ਕਰਕੇ 5 ਤੋਂ 7 ਹੌਸ ਪਾਵਰ ਘੱਟ ਮਿਲਦੀ ਹੁੰਦੀ ਆ ਅਤੇ ਇਹਦੀ ਜੇ 65 ਹੌਸ ਪਾਵਰ ਟਰੈਕਟਰ ਦੀ ਆ ਅਤੇ 64 ਹੌਸ ਪਾਵਰ ਪੀਟੀਓ ਦੀ ਮਿਲਦੀ ਆਪਾਂ ਨੂੰ। ਹੋਰ ਇਹਦੇ ਵਿੱਚ ਤੁਹਾਨੂੰ ਦਿਖਾਈਏ ਵੀ ਟਰੈਕਟਰ ਜਿਹੜੇ ਟਾਇਰ ਨੇ ਬੈਕ ਸਾਈਡ ਵਾਲੇ ਇਹ 16x30 ਦੇ ਟਾਇਰ ਨੇ ਅਤੇ ਆਮ ਕਈ ਟਰੈਕਟਰਾਂ ਦੇ ਵਿੱਚ ਨਹੀਂ ਪਾਏ ਜਾਂਦੇ ਇਹ ਸਪੈਸ਼ਲ ਹੈ ਅਤੇ ਉਹਦੇ ਕਾਰਨ ਹੀ ਇਹਦਾ ਜਿਹੜਾ ਕੱਦ ਆ ਟਰੈਕਟਰ ਦਾ ਉਹ ਉੱਚਾ ਦਿਖਦਾ 56B+। ਫਰੰਟ ਦੇ ਉੱਤੇ ਜਿਹੜੇ ਟਾਇਰ ਨੇ ਇਹ ਪਾਏ ਗਏ ਨੇ ਆਪਣੇ 650B ਦੇ। ਇਹ ਜਿਹੜੇ 69/11 ਨੂੰ ਆਉਂਦੇ ਹੁੰਦੇ ਸੀ ਉਹ ਰਿਮ ਪਾਏ ਗਏ ਨੇ 20 ਇੰਚ ਵਾਲੇ। ਸੋ ਕਈ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਆਪਾਂ ਨੂੰ ਚੇਂਜ ਕੰਪਨੀ ਨੂੰ ਕਰਨੀਆਂ ਵੀ ਚਾਹੀਦੀਆਂ ਸੀ। ਜਿਹੜੀਆਂ ਸਾਨੂੰ ਡਰੋਬੈਕ ਲੱਗੀਆਂ ਉਹ ਆ ਸੀਗੀਆਂ, ਇੱਥੇ ਲਾਈਟਾਂ ਆਪਾਂ ਨੂੰ LED ਲਾਈਟਾਂ ਹੁੰਦੀਆਂ ਤਾਂ ਇੱਕ ਲੁੱਕ ਚੇਂਜ ਵੱਖਰੀ ਹੋਣੀ ਸੀ। ਸੋ ਬਾਕੀ ਜਿਹੜੀਆਂ ਚੀਜ਼ਾਂ ਨੇ ਬਾਈ ਹੋਣਾ ਨੇ ਜਿਹੜਾ ਮਿਊਜ਼ਿਕ ਸਿਸਟਮ ਵੀ ਲਾ ਲਿਆ ਆਪਦਾ, ਛੋਟਾ ਜਿਹਾ ਲਾਇਆ ਬਹੁਤ ਵਧੀਆ ਤਰੀਕੇ ਦਾ, ਅਤੇ ਇੰਨਾ ਕਿ ਮੇਰੇ ਹਿਸਾਬ ਨਾਲ ਲਾਉਣਾ ਚਾਹੀਦਾ ਛੋਟਾ ਅਤੇ ਵਧੀਆ। ਜਿਹੜੀ ਛਤਰੀ ਆ ਤੁਹਾਨੂੰ ਮੈਂ ਤੁਹਾਨੂੰ ਦੱਸ ਚੁੱਕਿਆ ਆROPS ਦੀ ਆ। ਸੋ ਇਹਦੇ ਵਿੱਚ ਖੋਲ੍ਹ ਕੇ ਤੁਹਾਨੂੰ ਦਿਖਾਈਏ ਜੀ ਕਿੱਦਾਂ ਸੈਟਿੰਗ। ਆਹ ਦੇਖੋ ਆਹ ਜਿਹੜੀ ਆ ਹੀਟ ਸ਼ੀਲਡ, ਜਿੱਥੋਂ ਆਪਾਂ ਕਹਿ ਸਕਦੇ ਹਾਂ ਵੀ ਆਪਣਾ ਸਾਰਾ ਮਤਲਬ ਤਪਸ਼ ਨਿਕਲਦੀ ਆ। ਤਪਸ਼ ਮੀਨਸ ਵੀ ਗਰਮੀ ਜਿਹੜੀ ਪ੍ਰੋਡਿਊਸ ਹੁੰਦੀ ਆ ਉਹ ਇੱਥੋਂ ਸਾਰੀ ਨਿਕਲਣੀ ਆ, ਅਤੇ ਉਹ ਜਿਹੜੀ ਆ ਇਹ ਟਰਬੋ ਵਿੱਚ ਦੀ ਘੁੰਮ ਕੇ ਹੁੰਦੇ ਹੋਏ ਸਾਰਾ ਉਹ ਚੀਜ਼ ਐਡਜਸਟਮੈਂਟ ਹੋਣੀ ਆ। ਪਰ ਇੱਥੇ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਹੀਟ ਨੂੰ ਸਾਂਭਿਆ ਹੋਇਆ, ਅੰਦਰਲੇ ਪਾਸੇ ਪਹਿਲਾਂ ਜਾਣੀ ਹੀਟ ਸ਼ੀਲਡ ਗਰਮ ਵਾਲੀ ਲਾਈ ਆ, ਉੱਤੋਂ ਦੀ ਪਲੇਟ ਬਣਾ ਕੇ ਲਾਈ ਆ, ਫਿਰ ਆਹ ਦੇਖੋ ਬਾਡੀ ਦੇ ਉੱਤੇ ਵੀ ਹੀਟ ਸ਼ੀਲਡ ਉਹਨਾਂ ਨੇ ਲਾਈ ਆ ਵੀ ਰੰਗ ਨਾ ਮੱਚ ਜਾਵੇ ਇਹ ਚੀਜ਼ ਦਾ, ਹੈ ਨਾ। ਅਤੇ ਬਹੁਤ ਤਰੀਕੇ ਦੇ ਨਾਲ ਉਹਨਾਂ ਨੇ ਬੜਾ ਸਾਂਭ ਕੇ ਕੰਪੈਕਟ ਜਗ੍ਹਾ ਦੇ ਵਿੱਚ ਥੋੜ੍ਹੀ ਜਗ੍ਹਾ ਦੇ ਵਿੱਚ ਬਹੁਤ ਵੱਡਾ ਚੀਜ਼ ਜਾਣੀ ਫਿੱਟ ਕੀਤੀ ਹੋਈ ਆ। ਸੋ ਆਪਾਂ ਤੁਹਾਨੂੰ ਚਲਾ ਕੇ ਵੀ ਦਿਖਾਉਂਦੇ ਹਾਂ ਟਰੈਕਟਰ ਦੀ ਆਵਾਜ਼। ਰਾਜਵੀਰ ਚਲਾਈ ਮਾੜਾ ਜਿਹਾ ਇਹਨੂੰ ਆ ਕੇ। ਸਟਾਰਟ ਕਰੀ ਹੈ ਨਾ, ਅਤੇ ਆਪਾਂ ਦਿਖਾਈਏ ਵੀ ਆਵਾਜ਼ ਕਿਹੋ ਜਿਹੀ ਆ ਟਰੈਕਟਰ ਦੀ। ਕਰਦੇ ਬੰਦ ਰਾਜਵੀਰ, ਤੁਸੀਂ ਦੇਖ ਸਕਦੇ ਹੋ ਕੋਈ ਧੂੰਆਂ ਨਹੀਂ, ਕੋਈ ਆਵਾਜ਼ ਨਹੀਂ, ਬਿਲਕੁਲ ਸਾਇਲੈਂਟ ਚੱਲਦਾ ਪਿਆ ਟਰੈਕਟਰ, ਅਤੇ ਪਤਾ ਹੀ ਨਹੀਂ ਲੱਗਦਾ ਵੀ ਜਾਣੀ ਟਰੈਕਟਰ ਚੱਲ ਰਿਹਾ ਜਾਂ ਕੀ ਚੀਜ਼ ਆ। ਅਤੇ ਬਹੁਤ ਹੀ ਵਧੀਆ ਫਿਨਿਸ਼ਿੰਗ ਆ ਅਤੇ ਬਹੁਤ ਵਧੀਆ ਟਰੈਕਟਰ ਬਣਾਇਆ। ਇਹਦੇ ਵਿੱਚ ਹੋਰ ਵੀ ਕਈ ਗੁਣ ਨੇ, ਆਪਾਂ ਹੁਣ ਸੀਜ਼ਨ ਝੋਨਾ ਲੱਗ ਚੁੱਕਿਆ, ਹੁਣ ਲਿਆ ਸੀ ਵੀਰ ਹੋਣਾ ਨੇ, ਅਤੇ ਨੈਕਸਟ ਆਪਾਂ ਜਦੋਂ ਇਹਦੀ ਟੈਸਟਿੰਗ ਕਰਾਂਗੇ ਸਾਰਾ ਵਾਹ ਕੇ ਦੇਖਾਂਗੇ ਤਾਂ ਉਦੋਂ ਆਪਾਂ ਇਹਦੀਆਂ ਹੋਰ ਵੀ ਵੀਡੀਓ ਲੈ ਕੇ ਆਵਾਂਗੇ, ਅਤੇ ਇਹ ਟਰੈਕਟਰ ਦੀ ਨੌਲੇਜ ਤੁਹਾਨੂੰ ਸਾਰੀ ਦੇਵਾਂਗੇ। CRD ਟਰੈਕਟਰ, ਇਹਦੇ ਵਿੱਚ ਤੁਰਕੀ ਦਾ ਬਣਿਆ ਹੋਇਆ ਇੰਜਣ ਲੱਗਿਆ ਹੋਇਆ, ਉਹ ਵੀ ਤੁਹਾਨੂੰ ਮੈਂ ਦੱਸਦਾ। ਇਹ ਇੱਥੇ ਲੱਗਿਆ ਵੀ ਹੋਇਆ ਤੁਰਕੀ ਟਰੈਕਟਰ ਲਿਖਿਆ ਹੋਇਆ, ਤੁਰਕੀ ਤੋਂ ਬਣਿਆ ਹੋਇਆ ਇਹਦਾ ਜਿਹੜਾ ਇੰਜਣ ਇੰਪੋਰਟ ਕਰਕੇ ਆਇਆ ਹੋਇਆ ਉਹ ਆਪਾਂ ਲਾਉਂਦੇ ਹਾਂ। ਆ ਦੇਖੋ ਜਮਾਂ ਕੋਈ ਨਾ ਸਟਾਰਟਿੰਗ ਦੀ ਆਵਾਜ਼ ਆ ਨਾ ਕੋਈ ਬੰਦ ਦੀ ਜ਼ਿਆਦਾ ਉਹ ਰੌਲਾ ਵਾ, ਅਤੇ ਤੁਰਕੀ ਤੋਂ ਬਣ ਕੇ ਜਿਹੜਾ ਇਹ ਇੰਜਣ ਇਹ ਆਇਆ, ਇਹ ਇੰਪੋਰਟ ਕਰਾਇਆ ਜਾਂਦਾ ਇੱਦਾਂ ਹੀ ਇੰਜਣ, ਅਤੇ ਇੱਦਾਂ ਹੀ ਲਾਇਆ ਜਾਂਦਾ। ਬਾਕੀ ਗੇਅਰ ਜਿਹੜਾ ਇਹਦਾ ਕਰਾਰੋ ਦਾ ਲੀਵਰ ਸਾਈਡ ਗੇਅਰ ਨੇ, ਸਾਰਾ ਸਿਸਟਮ ਬਹੁਤ ਵਧੀਆ ਤਰੀਕੇ ਦੇ ਨਾਲ ਲਾਇਆ ਗਿਆ, ਅਤੇ ਬੈਲਟ ਸੀਟ ਆ ਜਿਹੜੀ ਉਹ ਵੀ ਬੈਲਟ ਵਾਲੀ ਆ। ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ROPS ਦੇ ਵਿੱਚ ਇਹ ਫਾਇਦਾ ਹੁੰਦਾ ਵਾ ਵੀ ਜੇ ਕਿਤੇ ਟਰੈਕਟਰ ਪਲਟ ਜਾਵੇ ਤਾਂ ਬੰਦੇ ਦਾ ਕੋਈ ਨੁਕਸਾਨ ਨਹੀਂ ਹੁੰਦਾ।
एक फीचर थोनों होर दस दिए इस ट्रैक्टर के सेंसर जानी बहुत लगे हुए ने सारे बारे जानकारी नहीं आप देते मेन जोड़े बंद ने वो दे सकते हैं खास एक खी फीचर दस दिए भी ये वाटर सैपरेटर जोड़ा हों वा वो लाया गया ये सेंसर आ भी जे तुम मान लो भी पेट्रोल या डीजल के जोड़े चीज़ प फ्यूल कि भी प्रॉब्लम आँदी आ पानी आता वा तो ये ट्रैक्टर स्टार्ट नहीं करेगा ये खास फीचर आ भी सेंसर लाया गया पानी की मात्रा जो आ जाती है डीजल के हिसाब न चेक करके दो स्टार्ट नहीं होगा उन्ना टाइम जिन्ना टाइम ये टैंकी दे पानी नहीं निकल जाता ये फ्यूल के उत्ते जो डीजल आ स्पैशल वो उत्ते जानी उदों ही चलूगा जो प्योर होगा यदा खास फीचर आ ट्रैक्टर का CRD। हाँ जी आप हम तुम दिखा लग गए मीटर के उत्ते भी जोड़ा ईको आको प्लस आवें आ शो हों वो आप इदा ही खाली स्टार्ट के उत्ते ही शो कर दिता देनी पड़ी। हाँ जी ये थोड़ा जहा रेस दे के आप चेक करते हैं ये हैगा हम पावर 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 मोड के पावर मोड के देखो RPM जोड़ा 2500 से चढ़िया हो 2500 लग्या ये ईको प्लस लग गया हूँ वो मीटर के उत्ते भी शो हो रहा ईको प्लस तो 2200 चक्कर आ गए ऐटोमैटिक सीधे बटन तो आ पावर लग गया तो ईको तो दिखाओ मेरे कि ईको तो दिखा दो ईको प्लस लग गया ईको कला ईको ठीक है ये जड़ा वा जानी आप पावर जोड़ा मैन हाउस पावर वाला वा वो आप जो कम लवेंगे वो हिसाब न आपके चक्कर सैट करेगा ये तो आप बटन के जोड़ा भी ईको प्लस आ या ईको आदि चक्कर आप देख चुके हैं भी 2500 से जाता ईको तो जोड़ा 2000 तो 2200 के वो जाता वा अपना ईको प्लस तो जोड़ा पावर होगा वो जो आप लोड पावे इतू बद के 65 horsepower जो निकलनी आ तो 2500 चक्कर तो भी उत्ते जाके निकलनी आ तो वो हिसाब ना बटन के उत्ते सारी सैटिंग आ बटन के नाल इंजन काम करता जानी ये ट्रैक्टर का गड्डी का हिसाब बनया पाया जानी बहुत तरीके आने वाले जोड़े ये होर मॉडल ने 4x4 वाले तो होर जोड़े भी मॉडल निकलने CRD के हो सकता वो AC कैबन वाले भी देन तो हो सकता वो कई चीज़ा होर भी फीचर चेंज करने के जानी ये हुण तक का सब तो वधिया ट्रैक्टर मेरे हिसाब नाल भी सब तो वधिया ट्रैक्टर जिनी टैक्नोलॉजी ये ट्रैक्टर के पाई गई आ जानी होर ट्रैक्टर नहीं देखी गई तो ये कली कली चीज़ का ध्यान रखा गया भी जे बंदे ने घट कम लैना तो घट तेल किवें वरतूगा वो ईको प्लस आप देख चुके हैं ईको के उत्ते जिवें भी कम जिन्ना कम उन्नी उहदी पावर यूज़ करो बड़ा ट्रैक्टर लैके बंदा कहिंदा भी घट जमीन आ बड़ा ट्रैक्टर लैण का कोई फायदा नहीं जे तुसीं घट जमीन करदे हो तां उस हिसाब नाल खर्चा इहदा तो जे वध जमीन आ तां जानी इको ट्रैक्टर दे नाल छोटे तो बड़े किसान तक का फायदा जानी इस ट्रैक्टर दे विच हैगा। हुण आपां तुहानूं चला के दिखाने चलते दी वीडियो आप जी सिनेमैटिक शॉट आ लैके दिखाने वो तुहानूं विच वीडियो दे ऐड करांगे। धन्यवाद जी, सत श्री अकाल जी सारे दर्शकों।